ਟਰੈਕਟਰ ਦੇ ਇੰਜਨ 'ਚ ਕੀ ਪਾਵਰ ਆ ਇਹ ਮੈਟਰ ਨਹੀਂ ਕਰਦਾ, ਪਰ ਹਰ ਕੰਪਨੀ ਦੀ ਆਪੋ ਆਪਣੀ ਮਿਹਨਤ ਆ। ਹੁਣ ਬਹੁਤ ਕੰਪਨੀਆਂ ਇਹੋ ਜਿਹੀਆਂ ਨੇ ਜਿਹਨਾਂ ਦੇ ਗੇਅਰ ਦੀ ਪਾਵਰ ਲੋਸ ਬਹੁਤ ਘੱਟ ਆ, ਟਰਾਂਸਮਿਸ਼ਨ ਦੀ ਪਾਵਰ ਲੋਸ ਬਹੁਤ ਘੱਟ ਆ। ਬਹੁਤ ਇਹੋ ਜਿਹੇ ਟਰੈਕਟਰ ਨੇ ਇੰਜਨ ਬਹੁਤ ਵੱਡਾ, ਪੀ ਟੀ ਓ 'ਤੇ ਜਾਂਦੀ ਜਾਂਦੀ ਪਾਵਰ ਮਰ ਜਾਂਦੀ ਆ, ਜਾਂਦੀ ਜਾਂਦੀ ਟਾਇਰਾਂ 'ਤੇ ਪਾਵਰ। ਇਹ ਵੀ ਕਰ ਸਕਦਾ ਕਿ ਇੰਜਨ 'ਤੇ ਇੱਕ ਟਰੈਕਟਰ ਮੰਨ ਲਓ 52 ਕੱਢ ਰਿਹਾ। ਸੋਹਣੇ ਸੱਜਣੋ ਮਿੱਤਰੋ ਕੀ ਹਾਲ ਹੈ, ਮੇਰਾ ਤਾਂ ਆਹੀ ਸਿਸਟਮ ਆ। ਮੈਂ ਉਹ ਪੜਦਾ ਪੁੜਦਾ ਜਿਹਾ ਲਾਉਣ ਦਾ ਸੋਚਿਆ, ਹਰਾ ਹਲੇ ਲੱਗਿਆ ਨਹੀਂ, ਮੈਂ ਹਰੀ ਜੀਰੀ ਠੀਕ ਹੈ ਤੁਹਾਡੇ ਨਾਲ ਬਾਈ ਜੀ ਗੱਲ ਕਰਨੀ ਆ। ਇੱਕ ਆਪਾਂ ਵੀਡੀਓ ਪਾਈ ਸੀ ਕਰਤਾਰ 5936 ਦੀ, ਮੈਂ ਉਹਦੇ 'ਚ ਕੁਐਸਚਨ ਕੀ ਉੱਠਿਆ ਮੇਨ ਕਿ ਬਾਈ ਯਾਰ ਤੁਸੀਂ ਕਹੀ ਜਾਂਦੇ ਹੋ 60 HP ਦੀ ਇਹਦੀ ਕੈਟਾਗਰੀ ਆ, ਕੈਟਾਗਰਾਈਜ਼ ਕੰਪਨੀ ਨੇ ਕੀਤਾ 60 HP 'ਚ, ਪਰ ਕਾਪੀ 50 ਦੀ ਬਣਦੀ ਹੈ। ਇਹਦਾ ਮੈਂ ਅੱਜ ਰੀਜ਼ਨ ਕਲੀਅਰ ਕਰਨਾ, ਇਹਦੀ ਤਾਂ ਵੈਸੇ ਸੀਰੀਜ਼ ਬਣਾਉਣੀ ਪਊਗੀ, ਕਾਫੀ ਵੀਡੀਓ ਬਣਾਵਾਂਗੇ ਆਪਾਂ ਪਾਵਰ ਲੋਸ ਦੀਆਂ, ਟਰਾਂਸਮਿਸ਼ਨ ਕਿਹੜਾ ਕਿੰਨੀ ਪਾਵਰ ਲੋਸ ਕਰਦਾ, ਗੇਅਰ ਟ੍ਰੇਨ ਕਿੱਦਾਂ ਕੰਮ ਕਰਦੀ ਆ। ਪਰ ਆਪਾਂ ਮੋਟੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੇਖੋ ਪਹਿਲੀ ਤਾਂ ਗੱਲ ਸੁਣਿਓ ਇਹ ਆ, ਸੁਣ ਲਓ ਧਿਆਨ, ਜਿਹੜੇ ਟਰੈਕਟਰ ਕੰਪਨੀਆਂ ਕੋਈ 55 horsepower ਕਹਿ ਕੇ ਵੇਚਦੀਆਂ ਸੀ, ਹੁਣ ਮੈਂ ਨਾਂ ਨਹੀਂ ਲੈਣਾ, ਬਹੁਤ ਕੰਪਨੀਆਂ 55 ਕਹਿ ਕੇ ਵੇਚਦੀਆਂ ਸੀ, ਉਹ ਪਹਿਲਾਂ 55 ਕਾਪੀ 'ਤੇ ਭਾਵੇਂ ਲਿਖਦੀਆਂ ਸੀ, ਹੁਣ ਉਹ 50 ਲਿਖਣ ਲੱਗ ਗਈਆਂ। ਕੋਈ ਵੀ ਜਿਹੜਾ DI ਟਰੈਕਟਰ ਆ ਤੁਹਾਡਾ, ਉਹਦੀ ਕਾਪੀ 'ਤੇ ਕਦੇ 55, 50.5 ਵੀ ਨਹੀਂ ਲਿਖ ਸਕਦੇ, ਉਹਦੇ 'ਤੇ 50 ਹੀ ਲਿਖਿਆ ਜਾਣਾ। ਇੱਕ ਗੱਲ ਕਲੀਅਰ ਹੋ ਗਈ, ਇਹ ਕਦੇ ਕਿਸੇ ਵਹਿਮ ਭੁਲੇਖੇ 'ਚ ਨਾ ਰਹੋ। ਜਿਹੜਾ DI ਟਰੈਕਟਰ ਜੇ ਤੁਸੀਂ ਲੈਣ ਤੁਰਦੇ ਹੋ, ਤੁਹਾਨੂੰ ਕੋਈ ਕਹਿੰਦਾ ਮੈਂ 55-60 ਮੈਂ ਕਾਪੀ 'ਤੇ ਲਿਖੂ, ਕਦੇ ਲਿਖ ਹੀ ਨਹੀਂ ਸਕਦਾ, 50 ਤੋਂ ਥੱਲੇ ਹੀ ਲਿਖਾਉਣਾ, ਚਾਹੇ ਉਹ ਕਰਤਾਰ ਆ, ਚਾਹੇ ਉਹ ਜਿੱਦਾਂ ਸੋਨਾਲੀਕਾ ਆਇਆ ਸੀ 270 torque ਵਾਲਾ, ਉਹ ਵੀ 50 ਤੋਂ ਥੱਲੇ, ਚਾਹੇ ਕਬੋਟਾ ਜਿਹੜਾ 5502 ਆ ਉਹ ਵੀ 50 ਲਿਖਣਾ ਪਊਗਾ ਉਹਨਾਂ ਨੂੰ, ਹਰ ਟਰੈਕਟਰ ਨੂੰ 855-50 ਲਿਖੂਗਾ। JDDI ਕੋਈ ਵੀ ਆਉਂਦਾ ਉਹ ਵੀ 50 HP ਲਿਖੂਗਾ, ਸਭ ਨੂੰ 50 ਹੀ ਲਿਖਣਾ ਪੈਣਾ। ਇੱਕ ਗੱਲ ਕਲੀਅਰ ਹੋ ਗਈ। ਦੂਜੀ ਚੀਜ਼, ਕੰਪਨੀਆਂ ਕੈਟਾਗਰਾਈਜ਼ ਕਿਵੇਂ ਕਰਦੀਆਂ ਨੇ ਆਪਣੇ ਟਰੈਕਟਰ ਨੂੰ, ਕੈਟਾਗਰਾਈਜ਼ ਕਰਨ ਦਾ ਕੀ ਹੁੰਦਾ, ਜਿੱਦਾਂ ਆਪਾਂ ਉੱਦਣ ਵੀਡੀਓ ਪਾਈ ਸੀ, ਮੈਂ ਉਹਨਾਂ ਵੀਰਾਂ ਨਾਲ ਵੀ ਸਲਾਹ ਕੀਤੀ, ਜਿੱਦਾਂ ਕੋਈ ਟਰੈਕਟਰ ਜਿਹੜੇ ਉਹਦੀ ਟੋਰਕ ਆ, ਹੁਣ ਮੈਂ ਪਹਿਲਾਂ ਵੀ ਤੁਹਾਨੂੰ ਬਹੁਤ ਵਾਰੀ ਇਹ ਗੱਲ ਦੱਸੀ ਆ ਕਿ ਜਿਹੜੀ ਸਟੇਟ ਆ ਉਹਨੂੰ ਪਾਵਰ ਤੱਕ ਕੋਈ ਲੈਣਾ ਦੇਣਾ ਨਹੀਂ, ਸੋਰੀ ਉਹਨੂੰ ਟੋਰਕ ਤੱਕ ਕੋਈ ਲੈਣਾ ਦੇਣਾ ਨਹੀਂ, ਉਹਨੂੰ ਲੈਣਾ ਦੇਣਾ ਪਾਵਰ ਤੱਕ, HP ਕਿੰਨੇ ਕੱਢਦਾ। ਇੰਜਣ ਜਦੋਂ 50 ਤੋਂ ਥੱਲੇ HP ਕੱਢਦਾ, ਟੋਰਕ ਉਹ ਜਿੰਨੀ ਮਰਜ਼ੀ ਕੱਢੀ ਜਾਂਦਾ। ਹੁਣ ਜਿਹੜੇ ਟਰੈਕਟਰ ਦੀ ਟੋਰਕ 250, 260, 270, 225 ਆ, ਉਹਨੂੰ ਕੰਪਨੀਆਂ 60 'ਚ ਕੈਟਾਗਰਾਈਜ਼ ਕਰ ਸਕਦੀਆਂ ਨੇ, ਇਹਨੂੰ ਕੋਈ ਗਵਰਨਮੈਂਟ ਨਹੀਂ ਰੋਕ ਸਕਦੀ। ਹਾਂ, ਪਰ ਉਹਨਾਂ ਦੀ ਕਾਪੀ 'ਤੇ ਲਿਖਿਆ 50 ਹੀ ਜਾਣਾ, ਉਹਨੂੰ ਕੈਟਾਗਰਾਈਜ਼ ਕਿਵੇਂ ਕੀਤਾ ਜਾਂਦਾ। ਮੰਨ ਲਓ ਇੱਕ ਟਰੈਕਟਰ ਹੈਗਾ ਜੀ 60 power ਦਾ ਟਰੈਕਟਰ, ਉਹਨੂੰ ਕੰਪਨੀਆਂ ਨੇ ਕਿਵੇਂ ਨਾ ਕਿਵੇਂ 65 power ਦੇ ਨੂੰ ਜੁਗਾੜ ਕਰਕੇ ਉਹਦੀ HP ਉਹ ਸ਼ੋਅ ਨਹੀਂ ਕਰਦਾ, ਉਹਦੀ ਟੋਰਕ ਬਥੇਰੀ ਆ, ਉਹਨੂੰ ਫਿੱਟ ਕਰ ਲਿਆ 50 'ਚ, ਉਹਨੂੰ ਕੈਟਾਗਰੀ ਉਹ 60 ਹੀ ਕਹਿੰਦੀ ਆ ਕੰਪਨੀ। ਇਹ ਨਹੀਂ ਕਿ ਇਕੱਲੀ ਕਰਤਾਰ ਕਹਿੰਦੀ, ਹੋਰ ਸਾਰੀਆਂ ਕੰਪਨੀਆਂ ਕਹਿੰਦੀਆਂ ਨੇ ਕਿ ਇਹ 60 category ਦਾ ਟਰੈਕਟਰ ਆ, ਠੀਕ ਆ। ਕੈਟਾਗਰੀ ਅਲੱਗ ਚੀਜ਼ ਆ, ਕੈਟਾਗਰੀ ਤੋਂ ਤੁਸੀਂ ਇਹ ਨਹੀਂ ਭਾਵ ਸਮਝ ਲੈਣਾ ਕਿ ਜੇ ਜੀ ਇੰਨੀ ਕੈਟਾਗਰੀ ਇਹਦੀ ਕਾਪੀ 'ਤੇ ਲਿਖਿਆ ਜਾਊ, ਕੋਈ ਵੀ ਕੈਟਾਗਰੀ ਚਾਹੇ ਉਹ 60-65 ਕਹਿ ਰਹੇ ਨੇ, ਕਾਪੀ 'ਤੇ ਪਹਿਲਾਂ ਕਲੀਅਰ ਕਰ ਲਓ ਵੀ ਕੀ ਲਿਖਿਆ ਜਾਣਾ, ਉਹਦਾ RC ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਆ। ਅਗਲੀ ਗੱਲ, ਹੁਣ ਇਹਦੇ 'ਤੇ ਮੈਂ ਇੱਕ ਵੱਖਰੀ ਵੀਡੀਓ ਕੰਪਲੀਟ ਵੀ ਬਣਾਉਣੀ ਆ, ਇਹਦੇ 'ਚ ਮੈਂ ਤੁਹਾਨੂੰ ਇੱਕ ਮੋਟੀ ਜਿਹੀ ਉਦਾਹਰਨ ਦੇਣ। ਆਪਾਂ ਹੁਣ ਕੀ ਕਰੀ ਜਾਂਦੇ ਹਾਂ ਵੀ ਆਪਾਂ ਜੀ ਇੰਨੇ ਇੰਜਣ ਦੀ ਪਾਵਰ ਆ, ਇੰਨੀ ਟੋਰਕ ਆ, ਪਰ ਆਪਾਂ ਕਦੇ ਇਹ ਨਹੀਂ ਸੋਚਣ ਦੀ ਕੋਸ਼ਿਸ਼ ਕਰੀ ਜਿਹੜਾ ਉਹਦੇ ਵਿੱਚ ਗੇਅਰ ਬਾਕਸ ਲੱਗਿਆ ਹੋਇਆ, ਕੌਂਸਟੈਂਟ ਮੈਸ਼ ਆ, ਫੁੱਲੀ ਸ਼ਿੰਕਰੋ ਮੈਸ਼ ਆ, ਸਲਾਈਡ ਵਾਲਾ ਹੈ,
ਤਿੰਨ ਤਰ੍ਹਾਂ ਦਾ ਗੇਅਰ ਆ ਗਿਆ, ਫਿਰ ਟਰਾਂਸਮਿਸ਼ਨ ਆ ਗਏ, ਬੁੱਲ ਵਾਲਾ ਆ ਗਿਆ, ਤੁਹਾਡਾ ਐਪੀਸਾਈਕਲਿਕ ਆ ਗਿਆ, ਤੁਹਾਡਾ ਹੱਬ ਰਿਡਕਸ਼ਨ ਆ ਗਿਆ, ਹੈਂ ਤੁਹਾਡਾ ਇੰਟਰਨਲ ਵਾਲਾ ਆ ਗਿਆ। ਟਰੈਕਟਰ ਦੇ ਇੰਜਣ 'ਚ ਕੀ ਪਾਵਰ ਆ ਇਹ ਮੈਟਰ ਨਹੀਂ ਕਰਦਾ, ਪਰ ਉਹਦੀ ਪਾਵਰ ਜਾਂਦੀ ਜਾਂਦੀ ਟਾਇਰਾਂ 'ਤੇ ਕੀ ਹੋ ਜਾਂਦੀ ਹੈ ਵੀ ਸੋਚ ਲਓ, ਕਿਹੜਾ ਗੇਅਰ ਬੋਕਸ ਕਿੰਨੀ ਫਰਿਕਸ਼ਨ ਲੋਸ ਕਰ ਰਿਹਾ, ਕਿਹੜਾ ਟਰਾਂਸਮਿਸ਼ਨ ਕਿੰਨੀ ਫਰਿਕਸ਼ਨ ਲੋਸ ਕਰ ਰਿਹਾ। ਇਹਦੇ 'ਤੇ ਤਾਂ ਡਿਟੇਲ 'ਚ ਸੀਰੀਜ਼, ਮੈਂ ਹੁਣ ਉਹਦੀ ਤਿਆਰੀ ਚੱਲ ਰਹੀ ਆ, ਹੁਣ ਮੈਂ ਚੈਨਲ ਨੂੰ ਬਹੁਤ ਸੈਟਅਪ ਕਰ ਰਿਹਾ, ਉਹ ਬਣਾਵਾਂਗੇ। ਪਰ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿੰਦਾ, ਹੁਣ ਤੁਸੀਂ ਕੀ ਕਰ ਦਿਓ, ਉਹ ਇੰਨੀ ਐੱਚ ਪੀ ਆ ਜੀ, ਇਹ ਇੰਨੀ ਟੋਰਕ ਆ, ਪਰ ਹਰ ਕੰਪਨੀ ਦੀ ਆਪੋ ਆਪਣੀ ਮਿਹਨਤ ਆ। ਹੁਣ ਬਹੁਤ ਕੰਪਨੀਆਂ ਇਹੋ ਜਿਹੀਆਂ ਨੇ ਜਿਹਨਾਂ ਦੇ ਗੇਅਰ ਦੀ ਪਾਵਰ ਲੋਸ ਬਹੁਤ ਘੱਟ ਆ, ਟਰਾਂਸਮਿਸ਼ਨ ਦੀ ਪਾਵਰ ਲੋਸ ਬਹੁਤ ਘੱਟ ਆ। ਬਹੁਤ ਇਹੋ ਜਿਹੇ ਟਰੈਕਟਰ ਨੇ ਇੰਜਣ ਬਹੁਤ ਵੱਡਾ, ਪੀ ਟੀ ਓ 'ਤੇ ਜਾਂਦੀ ਜਾਂਦੀ ਪਾਵਰ ਮਰ ਜਾਂਦੀ ਆ, ਜਾਂਦੀ ਜਾਂਦੀ ਟਾਇਰਾਂ 'ਤੇ ਪਾਵਰ ਮਰ ਜਾਂਦੀ ਆ। ਮੈਂ ਇਹੀ ਗੱਲਾਂ ਕਰਦਾ ਹੁੰਦਾ ਜਿੱਦਾਂ ਕੋਈ ਮੋਡੀਫਿਕੇਸ਼ਨ ਦੀਆਂ ਵੀ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਵੀ ਟਾਇਰਾਂ 'ਤੇ ਪਾਵਰ ਕੀ ਆ ਰਹੀ ਆ। ਇਹ ਹੈਗੀ ਆ ਇੱਕ ਮਤਲਬ ਕਿ ਫਾਰਮੂਲਾਜ਼ ਨੇ, ਸਾਇੰਸ ਆ, ਇਹ ਤਾਂ ਟੈਕਨੀਕਲ ਗੱਲਾਂ ਹੋ ਗਈਆਂ, ਮਤਲਬ ਕਿ ਪ੍ਰੋਫੈਸ਼ਨਲ, ਸਮਝਦੇ ਹੋ। ਪਾਵਰ ਹੁਣ ਆਪਾਂ, ਮੈਂ ਤੁਹਾਨੂੰ ਸਿੰਪਲ ਜਿਹਾ ਕਰ ਦਿੰਦਾ, 855 ਆ ਗਿਆ, 52-10 ਆ ਗਿਆ, ਫਾਰਮਟ੍ਰੈਕ ਆ ਗਿਆ, ਜਿਹੜਾ XYZ ਆ ਗਿਆ, ਆਪਾਂ ਕੀ ਦੇਖ, ਇੰਨੀ ਟੋਰਕ, ਇੰਨੀ ਫਲਾਣੀ, ਟਾਇਰਾਂ 'ਤੇ ਕੀ ਆ ਰਹੀ ਹੈ, ਪੀ ਟੀ ਓ 'ਤੇ ਕੀ ਆ ਰਹੀ ਹੈ। ਬਹੁਤ ਚੀਜ਼ਾਂ ਨੇ ਜਿਹੜੀਆਂ ਕੰਪਨੀਆਂ ਲੁਕੋ ਜਾਂਦੀਆਂ ਨੇ, ਬਹੁਤ ਗੇਅਰਾਂ ਦੀ ਇਹੀ ਜੀ ਖੂਬਸੂਰਤੀ ਆ ਕਿ ਉਹ ਪਾਵਰ ਲੋਸ ਹੀ ਨਹੀਂ ਹੋਣ ਦਿੰਦੇ। ਹੁਣ ਫੁੱਲੀ ਸਿੰਕਰੋਮੈਸ਼ ਗੇਅਰ ਦੀ ਲਾ ਲਓ, ਸਵਰਾਜ ਫੁੱਲੀ ਸਿੰਕਰੋਮੈਸ਼ ਆਉਂਦਾ, ਇਹ ਬਹੁਤ ਵੱਡੀ ਗਲਤੀ ਹੈ ਵੈਸੇ ਸਵਰਾਜ ਦੀ, ਪਾਵਰ ਲੋਸ ਬਹੁਤ ਜ਼ਿਆਦਾ ਆ, ਪਿੱਛੇ ਕੈਪੀ ਸਾਈਕਲਿਕ ਠੋਕੀ ਬੈਠੇ ਨੇ, ਉੱਧਰੋਂ ਗੇਅਰ ਬੋਕਸ ਲਾਈਨ ਬੈਠਿਆ ਫੁੱਲੀ ਸਿੰਕਰੋਮੈਸ਼, ਉਹ 'ਚ ਪਾਵਰ ਲੋਸ ਹੋਣਾ, ਜੇ ਇੱਥੇ ਕੋਂਸਟੈਂਟ ਹੁੰਦਾ ਉਹ ਬਹੁਤ ਘੱਟ ਪਾਵਰ ਲੋਸ ਕਰਦਾ। ਇਹ ਚੀਜ਼ਾਂ ਨੇ, ਇਹ ਚੀਜ਼ਾਂ ਸਮਝਣੀਆਂ ਨੇ, ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨਾਲ ਜ਼ਰੂਰ ਜੁੜਿਆ ਕਰੋ। ਮੇਰੇ ਕੋਲ ਤਾਂ ਇਹੀ ਜਿਹੀਆਂ ਗੱਲਾਂ ਨੇ, ਮੇਰੇ ਕੋਲ ਧੱਕੜ ਧੂਸ ਗੱਲਾਂ ਦਾ ਹੈ ਨਹੀਂ, ਉਮਰ ਜੀ ਹੋਈ ਜਾਂਦੀ ਆ, ਮੇਰਾ ਦਿਲ ਹੀ ਨਹੀਂ ਕਰਦਾ ਹੁਣ, ਮੈਂ ਤਾਂ ਡੈੱਕ ਵੀ ਲਾ ਦੇਣਾ, ਕੀ ਆ ਯਾਰ ਕਾਹਦੇ ਵਾਸਤੇ। ਸੋ ਠੀਕ ਆ, ਇਹ ਰੀਜ਼ਨ ਹੁੰਦਾ ਵੀ ਕਾਪੀ 'ਤੇ ਤਾਂ ਪਾਵਰ ਘੱਟ ਲਿਖੀ ਜਾਂਦੀ ਆ। ਕੈਟਾਗਰੀ ਬੰਦਾ ਪਾਵਰ ਦੇ ਹਿਸਾਬ ਨਾਲ ਕਰ ਸਕਦਾ, ਇਹ ਵੀ ਕਰ ਸਕਦਾ ਕਿ ਇੰਜਣ 'ਤੇ ਇੱਕ ਟਰੈਕਟਰ ਮੰਨ ਲਓ 52 ਕੱਢ ਰਿਹਾ, ਪਿੱਛੇ ਉਹਦੀ 48 ਰਹਿ ਗਈ, ਜਾਂ ਇੰਜਣ 55 ਐੱਚ ਪੀ ਮੰਨ ਲਓ ਕੱਢ ਰਿਹਾ, ਜਾਂਦੀ ਜਾਂਦੀ ਪੀ ਟੀ ਓ 'ਤੇ ਟਾਇਰਾਂ 'ਤੇ 50 ਰਹਿ ਗਈ, ਉਹਨੂੰ ਕੈਟਾਗਰੀ ਅਗਲਾ 55 ਕਰ ਲੂਗਾ। ਉਹ ਵੇਰੀਏਬਲ ਪਾਵਰਸ ਆ ਰਹੀਆਂ ਨੇ ਨਾ, ਕ੍ਰੈਂਕ 'ਤੇ ਟੋਰਕ ਪਾਵਰ ਹੋਰ ਆ ਰਹੀ ਆ, ਗੇਅਰ ਬੋਕਸ 'ਤੇ ਹੋਰ ਆ ਰਹੀ ਆ, ਪੀ ਟੀ ਓ 'ਤੇ ਜਾ ਕੇ ਹੋਰ ਹੋ ਜਾਂਦੀ ਆ, ਉਹਦੀ ਬੈਲੈਂਸਿੰਗ ਹੈ ਨਾ, ਉਹਦੀ ਸਾਰਾ ਕੁਛ ਕੁੱਲ ਮਿਲਾ ਕੇ ਇੱਦਾਂ ਕੈਟਾਗਰੀ ਬਣਾ ਲੈਂਦੀ ਆ। ਹੁਣ ਜਿਵੇਂ ਕਹਿੰਦੀ 270-100 ਨਾਲ ਲਿਖਾ ਕਹਿੰਦਾ ਵੀ ਮੇਰੀ ਟੋਰਕ ਆ, ਉਹ ਅਗਲਾ ਕਹੂਗਾ ਵੀ ਹੁਣ 855 ਕਹਿੰਦਾ 55 ਐੱਚ ਪੀ ਕੈਟਾਗਰੀ ਆ, ਉਹਦੀ ਟੋਰਕ 55 ਐੱਚ ਪੀ ਜਿੰਨੀ ਹੈ। ਸੋ ਕਾਪੀ ਅਤੇ ਜਿਹੜੀ ਆਪਣੀ ਕੈਟਾਗਰੀ ਉਹ ਅਲੱਗ ਚੀਜ਼ਾਂ ਨੇ ਦੋਨੇ, ਠੀਕ ਆ। ਅਗਲੀਆਂ ਵੀਡੀਓਜ਼ ਦੇ ਵਿੱਚ ਮੈਂ ਪਾਵਰ ਲੋਸ, ਫਰਿਕਸ਼ਨ ਲੋਸ, ਟਰਾਂਸਮਿਸ਼ਨ ਕਿਹੜੇ ਕਿਹੜੇ ਆਉਂਦੇ ਨੇ, ਗੇਅਰ ਬਾਕਸ ਕਿਹੜੇ ਕਿਹੜੇ ਆਉਂਦੇ ਨੇ, ਉਹ ਸਾਰੀਆਂ ਆਪਾਂ ਡਿਟੇਲ 'ਚ ਗੱਲਾਂ ਕਰਾਂਗੇ। ਅਤੇ ਇੱਕ ਮੈਂ ਬੇਨਤੀ ਇਹਦੇ 'ਚ ਕਰਦਾ, ਮੈਂ ਵੈਸੇ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਆਪਣੇ ਆਪ ਨੂੰ ਫੀਲ ਹੋਇਆ, ਮੈਂ ਕਿਹਾ ਯਾਰ ਦਿਲ ਆਪਾਂ ਵਾਇਸਡ ਹੋ ਕੇ ਕਾਹਤੇ ਚੱਲਦੇ ਹਾਂ, ਠੀਕ ਆਪਾਂ ਸਵਰਾਜ ਰੱਖਿਆ ਵਾ, ਠੀਕ ਆ ਜੋ ਇੱਦਾਂ ਕਰਦਾ ਵੀ ਆਪਾਂ ਪ੍ਰੇਜ਼ ਕਰਦੇ ਹਾਂ, ਪਰ ਯਾਰ ਕੋਈ ਵੀ ਚੀਜ਼ ਮਾੜੀ ਨਹੀਂ, ਇਹ ਤਾਂ ਹਰ ਇੱਕ ਬੰਦੇ ਨੂੰ ਸ਼ੌਕ ਆ। ਸੋ ਇਸ ਕਰਕੇ ਮੈਂ ਕਮੈਂਟ ਵੀ ਖੋਲ੍ਹਤੇ, ਮੈਂ ਕਿਹਾ ਜਿਹਨੇ ਜ਼ੋਰ ਲਾਉਣਾ ਲਾ ਲੈਣ, ਮੂੰਹ 'ਤੇ ਤਾਂ ਖੁਸ਼ਕਦਾ ਵੀ ਨਹੀਂ ਕੋਈ, ਮੂੰਹ 'ਤੇ ਤਾਂ ਫਿਰ ਮੇਰੇ ਤੋਂ ਉਹ ਜੱਟਾਂ ਵਾਲਾ ਵੀ ਮੇਰੇ 'ਚ ਆ ਜਾਂਦਾ ਨਾ, ਮੂੰਹ 'ਤੇ ਤਾਂ ਮੈਨੂੰ ਕਦੀ ਨਹੀਂ ਕਿਸੇ ਨੇ ਕੁਛ ਕਿਹਾ, ਕਮੈਂਟ 'ਚ ਤਾਂ ਫਿਰ ਉਹ ਡੋਨਲਡ ਟਰੰਪ ਨੂੰ ਵੀ ਕਹਿੰਦੇ ਆ, ਸਾਰਿਆਂ ਨੂੰ ਕਹਿੰਦੇ ਆ, ਕਿੰਨਾ ਕੁ ਜ਼ੋਰ ਲਾ ਲੈਣਗੇ ਉਹਦੇ ਨਾਲ, ਕੀ ਉਹ ਕੀ ਮੈਟਰ ਕਰਦਾ, ਜਾਂ ਤਾਂ ਮੇਰੇ ਨਾਲ ਬਹਿ ਕੇ ਡਾਇਲੋਗ ਕਰੋ, ਮੈਨੂੰ ਹਰਾਓ, ਆਹ ਗੱਲਾਂ ਕੀ ਮੈਟਰ ਕਰਦੀਆਂ ਨੇ। ਮੈਂ ਕਮੈਂਟ ਵੀ ਖੋਲ੍ਹਤੇ, ਜਿਹਨੇ ਕਰਨਾ ਚੰਗਾ, ਕਰਨਾ ਚੰਗਾ ਕਰੋ, ਮਾੜਾ ਕਰਨਾ ਉਹ ਵੀ ਸਵੀਕਾਰ ਹੈ। ਅਤੇ ਮੈਂ ਯਾਰ ਵਾਈਸ ਹੋ ਕੇ ਨਹੀਂ ਚੱਲਣਾ, ਮੇਰੇ ਲਈ ਸਾਰੇ ਇੱਕੋ ਜਿਹੇ ਨੇ, ਕੋਈ ਵੀ ਚੰਗਾ ਟਰੈਕਟਰ ਆ, ਮੈਂ ਹੁਣ ਸਾਰਿਆਂ ਦੀ ਉਹ, ਮੇਰੇ ਕੋਲ ਤਾਂ ਭੰਡਾਰੇ ਬਹੁਤ ਆ ਯਾਰ, ਮੇਰੇ ਕੋਲ ਤਾਂ ਇੰਨਾ ਸਮਾਨ ਪਿਆ, ਮੇਰੀਆਂ ਐਨਕਾਂ ਦਾ ਨੰਬਰ ਹੁਣ ਵਧਣ ਵਾਲਾ ਹੀ ਆ, ਮੈਂ ਸਾਰੀ ਦਿਹਾੜੀ ਤਾਂ ਮੈਂ ਇਹਦੇ 'ਤੇ ਗਾਲ ਦਾ ਇੰਨੀ ਸਰਚ ਕਰਦਾ, ਠੀਕ ਆ। ਸੋ ਇਸ ਕਰਕੇ
ਇਹ ਮੇਰਾ ਖਿਆਲ ਹੈ ਗੱਲ ਸਾਰੀ ਕਲੀਅਰ ਹੋ ਗਈ ਹੋਊ, ਕੁਛ ਰਹਿ ਨਹੀਂ ਗਿਆ। ਜੇ ਕੁਛ ਰਹਿ ਗਿਆ ਤਾਂ ਆਪਾਂ ਅਗਲੀਆਂ ਵੀਡੀਓ 'ਚ ਉਹ ਕਰ ਲਾਂਗੇ। ਚੈਨਲ ਜੇ ਚੰਗਾ ਲੱਗਦਾ ਜ਼ਰੂਰ ਸਬਸਕ੍ਰਾਈਬ ਕਰੋ, ਜੇ ਵੀਡੀਓ ਚੰਗੀ ਲੱਗਦੀ ਆ ਕਮੈਂਟ ਕਰੋ, ਲਾਈਕ ਵੀ ਕਰੋ, ਸ਼ੇਅਰ ਵੀ ਕਰੋ। ਸੋ ਆਉਣ ਵਾਲੀਆਂ ਵੀਡੀਓ ਲਈ ਜੁੜੇ ਰਹੋ। ਹੁਣ ਬਹੁਤ ਤਕੜੀਆਂ ਤਕੜੀਆਂ ਵੀਡੀਓ ਚੁੰਦੀਆਂ ਇਹੋ ਜਿਹੇ ਮਤਲਬ ਕਿ ਕੰਟੈਂਟ ਆਉਣੇ ਆ ਜਿਨ੍ਹਾਂ 'ਤੇ ਕਦੇ ਕਿਸੇ ਨੇ ਵਿਚਾਰ ਚਰਚਾ ਹੀ ਨਹੀਂ ਕੀਤੀ, ਇਹੋ ਜਿਹੇ ਕੰਟੈਂਟ ਪਾਵਾਂਗੇ। ਹੁਣ ਮੇਰਾ ਖਿਆਲ ਬਹੁਤ ਹੈ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ, ਧੰਨਵਾਦ ਸਾਰਿਆਂ ਨੂੰ। ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ, ਸਾਡੀ ਕੌਮ ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ।